5 ਸਾਲ ਤੋਂ 10 ਕਰੋੜ ਦਾ ਘਰ ਧੁੱਪ ਸੇਕ ਰਿਹਾ, ਕੋਈ ਟੈਕਸ ਨੀ ਲਿਖ। ਮੇਰੀ ਗੱਲ ਸੁਣ, ਬਾਕੀਆਂ ਨੂੰ ਲਾਇਆ ਯਾਰ, ਤੂੰ ਧੁੱਪ ਬੰਦ ਕਰਾ ਦੇ, ਮੈਂ ਨੀ ਰਿਹਾ ਬਾਈ। ਅਸੀਂ ਧੁੱਪ ਨੀ ਬੰਦ ਕਰਾ ਸਕਦੇ, ਸੋਰੀ, ਸਾਡੇ ਡਿਪਾਰਟਮੈਂਟ ਟਾਈਮ ਫਿਕਸ ਕੀਤਾ ਹੋਇਆ ਵੇ, ਧੁੱਪ ਸ਼ਾਮ ਨੂੰ ਅਸੀਂ ਬੰਦ ਕਰ ਦਿੰਦੇ ਹਾਂ। He's a legend in the game, always making people laugh, he's got the fame, Sheikh Wasan bin Zara, that's his real name, but Motu Bhai's the one we all acclaim, big belly, big a smile. Yaar, tax lagna. Achha. Theek hai na ji. Teh, eh hukumat ne kaha lazmi dena. Sara zindagi, tuhi sari zindagi, bachpan toh lage hon tak, tup se ki na. Haan ji. Nahi kaha na hukumat ne kuch. Nahi. Nahi kaha na. ਹੁਣ ਭਜਨ ਬਣਦਾ ਤੇ ਹੁਣ ਦੇਣਾ ਪੈਣਾ। ਉਹ ਕੱਲ ਨੂੰ ਤੁਸੀਂ ਕਹੋਗੇ ਭਾਈ ਕਿ ਉਹ ਕਿੱਥੇ ਗਈ ਉਰਦੂ, ਉਹ ਉਰਦੂ ਓਨੀ ਸੀ ਮੇਰੇ ਕੋਲ। ਮੇਰੀ ਗੱਲ ਸੁਣ, ਜਦੋਂ ਪੈਸੇ ਦੇਣ ਦੀ ਵਾਰੀ ਆਈ ਨਾ, ਮੈਨੂੰ ਪੰਜਾਬੀ ਵੀ ਆਉਂਦੀ ਹੈ ਤੇ ਮੈਨੂੰ ਅਲਹਮਦੁਲਿਲਾ ਗਾਲ ਵੀ ਬੜੀ ਚੰਗੀ ਚੰਗੀ ਆਉਂਦੀ। ਅੱਛਾ ਠੀਕ, ਕਰ ਲੈਂਦੇ ਘਰ। ਕਿੰਨੇ ਕੋ ਲੋਕ ਨੇ ਘਰ? ਹੈਗੇ ਨਾ ਕੋਈ 11 ਕੁ ਲੋਕ ਨੇ, ਲੇਕਿਨ ਮੇਰੀ ਗੱਲ ਸੁਣ। 11 ਲੋਕ, ਇੱਕ ਮਿੰਟ ਭਾਜੀ ਲਿਖ ਫਜ਼ਲ। 11 ਔਸਤਨ ਹਫਤਾ ਪਰ 4 ਸੂਟ ਜ਼ਰਬੇ। ਉਹ ਤੂੰ ਸਾਡੇ ਮਰਜ਼ੀ ਹੈ, ਸੂਟਾਂ ਦਾ ਕਿਉਂ ਹਿਸਾਬ ਕਰਦੀ ਹੈ? ਮਹੀਨੇ ਦੇ ਹੋ ਗਏ ਕੋਈ 12 ਸੂਟ ਤੇ 3 ਸੂਟ ਆਏ ਗਏ ਇੱਧਰ, ਮਹਿਮਾਨ ਆਣਾ ਜਾਣਾ, 15 ਸੂਟ ਪਰ ਬੰਦਾ। ਇੰਨੇ ਕੱਪੜੇ ਤੁਸੀਂ ਧੋਂਦੇ ਹੋ, ਉਹ ਸੁਕਾਉਂਦੇ ਕਿੱਥੇ ਹੋ? ਮੈਂ ਉਹਨਾਂ ਨੂੰ ਬੰਦੇ ਸੱਦ ਲੈਣੇ ਨੇ ਕੁੱਟਣ ਲਈ, ਸਮਝ ਆਈ? ਮੇਰੀ ਗੱਲ ਸੁਣੋ, ਬੰਦੇ ਨੀ ਤੂੰ ਬੁਲਾ ਲਿਆ ਮੇਰੀ ਗੱਲ, ਭਾਵੇਂ ਬੱਚੇ ਬੁਲਾ ਲਈ, ਭਾਵੇਂ ਜੋ ਮਰਜ਼ੀ ਬੁਲਾ ਲਈ, ਉੱਤੇ ਕੱਪੜੇ ਸੁਕਾਉਂਦੇ ਹੋ ਨਾ? ਹਾਂ ਸੁਕਾਉਂਦੇ ਆ। ਤਾਂ ਬਸ ਉਹਦਾ ਵੀ ਟੈਕਸ ਲਾ ਯਾਰ। ਇੱਥੇ ਕਿਹੜੀ ਸ਼ਾਇਦ ਟੈਕਸ? KST। KST ਕੀ ਬਣਦਾ? ਕੱਪੜੇ ਸੁਕਾਏ ਟੈਕਸ। ਮੇਰੀ ਗੱਲ ਸੁਣ ਲੈ, ਕੋਈ ਨੋਟੀਫਿਕੇਸ਼ਨ ਹੈ ਕਿ ਇਦਾਰਾ ਹੈ ਤੇ ਤੇਰੇ ਅੱਗੇ ਉਹਨਾਂ ਨੇ ਨੋਟੀਫਿਕੇਸ਼ਨ ਭੇਜ ਦਿੱਤਾ, ਤੈਨੂੰ ਨੋਟੀਫਿਕੇਸ਼ਨ ਤੇ ਚਾਹੀਦੀ ਜ਼ਰੂਰ ਭਾਈ। ਇਸ ਤਰ੍ਹਾਂ ਨਹੀਂ ਹੁੰਦਾ, ਨੋਟੀਫਿਕੇਸ਼ਨ ਤੁਸੀਂ ਇੰਨੀ ਜ਼ਿਆਦਾ ਲਾਇਆ, ਹਕੂਮਤ ਕੋਲ ਕਹਿ ਰਹੀ ਟੈਕਸ ਲੱਗਣੇ ਟੈਕਸ ਲੱਗ ਗਏ ਨੇ ਯਾਰ। ਤੁਸੀਂ ਜਾਮੇ ਜਾ ਰਹੇ ਅੰਦਰ? ਉਹ ਕਿੱਥੇ ਜਾ ਰਹੇ ਅੰਦਰ ਮੇਰਾ ਭਰਾ? ਅੰਦਰ ਜਾਣਾ ਯਾਰ, ਤੂੰ ਇਸ ਤਰ੍ਹਾਂ ਕਰਕੇ ਉਧਾਰ ਫੜ ਤੇ ਅਸੀਂ ਸੋਲਰ ਖੋਲੀਏ। ਸੋਲਰ ਕਿੱਥੇ ਖੋਲੀਏ? ਮੇਰੀ ਗੱਲ ਸੁਣੋ, ਮੇਰਾ ਘਰ ਹੈ, ਤੁਸੀਂ ਅੰਦਰ ਨਹੀਂ ਆ ਸਕਦੇ ਯਾਰ। ਤੇਰਾ ਘਰ ਕਿਉਂ ਨਹੀਂ? ਤੂੰ ਰਹਿ ਨਹੀਂ ਰਿਹਾ ਇੱਥੇ ਅੰਦਰ, ਅਸੀਂ ਨਹੀਂ ਆ ਸਕਦੇ ਯਾਰ। ਵੈਸੇ ਆ ਜਾਓ, ਪਾਣੀ ਛਾਣੀ ਪੀਵੋ। ਨਹੀਂ ਪਾਣੀ ਪੂਣੀ ਮੇਰਾ ਭਰਾ ਆ, ਸਾਨੂੰ ਕੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦੇ? ਮੇਰਾ ਹੱਥ ਖਾਲੀ ਹੈ, ਕਿੱਥੋਂ ਰਿਸ਼ਵਤ ਦੇ ਰਿਹਾ? ਤੂੰ ਹੱਥ ਦਬਾ ਰਿਹਾ, ਕੀ ਹੁੰਦਾ ਇਹ? ਨਾ ਕਿ ਯਾਰ ਕੋਈ ਮੁਹੱਬਤ, ਕੋਈ ਨਹੀਂ, ਕੋਈ ਮੁਹੱਬਤ ਮੁਹੱਬਤ ਨਹੀਂ ਹੈਗੀ। ਇੰਨੀ ਦੇਰ ਤਾਂ ਤੂੰ ਸਵਾਲ ਕਰਨ ਦੇ, ਕਿੰਨੇ ਯੂਨਿਟ ਆਉਂਦੇ ਸਨ ਤੇਰੇ? ਮੇਰੇ ਕੋਈ 2000 ਯੂਨਿਟ ਆਉਂਦੇ ਸਨ, 6 ਏਸੀ ਚੱਲਦੇ ਨੇ, 6 ਏਸੀ ਚੱਲਦੇ ਨੇ, 2000 ਯੂਨਿਟ। ਹਾਂ ਲੈ ਬਈ, ਸਿੱਧਾ ਸਿੱਧਾ ਮਹੀਨੇ ਦਾ 1.5 ਲੱਖ ਰੁਪਏ ਨੁਕਸਾਨ ਘੁੰਮਦ ਨੂੰ ਬਿੱਲ ਨਹੀਂ ਛਿਣਾ ਦਿੰਦਾ ਭਾਈ। ਨੁਕਸਾਨ ਦੀ ਮੇਰੀ ਗੱਲ ਸੁਣੋ, ਬਿਜਲੀ ਬਣਦੀ ਹੈ ਨਾ, ਹਾਂਜੀ, ਹਕੂਮਤ ਤੋਂ ਵਾਪਸ ਜਾਂਦੀ ਹੈ। ਕਿੱਥੇ ਜਾਂਦੀ ਹੈ ਹਕੂਮਤ ਨੂੰ ਵਾਪਸ? ਗ੍ਰਿਡ ਸਟੇਸ਼ਨ 'ਚ। ਯਾਰ ਇਹਦੇ ਦੱਸ, ਪਾਣੀ ਆ ਰਿਹਾ ਅੰਦਰ? ਆ ਰਿਹਾ ਪਾਣੀ? ਆ ਰਿਹਾ ਨਾ, ਬਹੁਤ ਗਰਮ ਆਉਂਦਾ ਯਾਰ। ਗਰਮ ਆਉਂਦਾ, ਲਓ ਲਾ ਬਈ TST ਵੀ ਲਾ। TST ਕੀ? ਟੈਂਕੀ ਸੇਕਿੰਗ ਟੈਕਸ। ਟੈਂਕੀ ਵੀ ਧੁੱਪ 'ਚ ਸੇਕ ਰਹੇ ਹੋ ਤੁਸੀਂ, ਇੰਨਾ ਪਾਣੀ ਤੁਸੀਂ ਸੇਕ ਰਹੇ ਹੋ ਗਰਮ, ਕਿੰਨਾ ਕਿੰਨੇ ਹਜ਼ਾਰ ਲੀਟਰ ਦੀ ਹੈਗੀ? ਮੈਨੂੰ ਨਾ ਇੱਕ ਹੋਰ TST ਵੀ ਲੱਗਦਾ। ਉਹ ਕਿਹੜਾ? ਮੈਂ ਨਾ ਸਵੇਰੇ ਕੱਚਾ ਪਾਇਆ ਸੀ, ਉਹ ਸੀ ਬੜਾ ਗਰਮ। ਅੱਛਾ, ਤੇ ਮੈਂ ਪਾ ਲਿਆ ਸੀ, ਤੇ ਫਿਰ TST ਸੇਕਿੰਗ ਟੈਸਟ ਠੀਕ ਹੈ, ਠੀਕ ਹੈ। ਛੱਡੋ ਛੱਡੋ, ਇਹ ਹੁੰਦਾ ਕੁਝ। ਅੱਛਾ ਸੁਣੋ ਮੇਰੀ ਗੱਲ, ਕੋਈ ਮਾਫੀ ਲੱਭ ਸਕਦੀ? ਨਹੀਂ ਭਾਜਨ, ਮਾਫੀ ਮੂਫੀ ਕੋਈ ਨਹੀਂ ਲੱਭ ਸਕਦੀ। ਇੱਥੇ ਟੈਕਸ ਤੁਹਾਨੂੰ ਦੇਣਾ ਪੈਣਾ ਹੈਗਾ। ਗੱਡੀਆਂ ਕਿੰਨੀਆਂ ਨੇ ਆਪਣੇ ਘਰ? 3 ਨੇ, 3 ਗੱਡੀਆਂ ਦਾ ਲਿਖ ਯਾਰ। ਚਲੋ ਉਹਦਾ ਰਹਿੰਦਾ ਛਾਂਚ ਵਧੀਆ, 3 ਤੁਪਿੰਗ ਲੁਧਿਆਣਾ ਵੀ ਲਿਖ। ਓ ਯਾਰ ਮੇਰੀ ਗੱਲ ਸੁਣੋ, ਉਠਾਓ ਹੱਥ, ਉਹ ਸਰਕਾਰੀ ਕਾਪੀ ਨੂੰ ਹੱਥ ਨਾ ਲਾਈਏ। ਓਏ FIR ਦਾ ਰਜਿਸਟਰ ਹੈ ਨਾ? ਨਹੀਂ ਭਾਈ, ਨਹੀਂ ਨਹੀਂ, ਬੜਾ ਲਿਖ ਯਾਰ ਲਿਖ। ਗੱਡੀਆਂ ਇਹਨਾਂ ਦੀਆਂ ਭਾਜੀ ਹੈਗੀਆਂ। ਘਰ ਕਿਹੜੇ ਮਰਲੇ ਦਾ? 10 ਮਰਲੇ ਦਾ। 10 ਮਰਲੇ? ਕਿੰਨੇ ਸਾਲ ਹੋ ਗਏ ਬਣਿਆ ਨੂੰ? ਅਲਹਮਦੁਲਿਲਾ ਕੋਈ 20 ਸਾਲ ਹੋ ਗਏ ਨੇ। 20 ਸਾਲ ਤੋਂ ਟੈਕਸ ਗਿਆ, ਲੇਕਿਨ 5 ਸਾਲ ਦਾ ਪਾ ਦੇ, ਕੋਈ ਗੱਲ ਨਹੀਂ। ਐ ਮੋਹਜੀ ਕਿਵੇਂ ਕਰਿਆ ਸੋ? 5 ਸਾਲ ਤੋਂ 10 ਮਰਲੇ ਦਾ ਘਰ ਧੁੱਪ ਸੇਕ ਰਿਹਾ, ਕੋਈ ਟੈਕਸ ਨਹੀਂ ਲਿਖ। ਮੇਰੀ ਗੱਲ ਸੁਣ, ਬਾਕੀਆਂ ਨੂੰ ਲਾਇਆ? ਕਿਹਨਾਂ ਨੂੰ? ਬਾਕੀਆਂ ਨੂੰ ਪੰਜਰ ਕੱਲ ਸ਼ੁਰੂ ਹੁੰਦੀ ਸੋਲਰ ਤੋਂ, ਠੀਕ ਹੈ ਨਾ? ਜਿਹਨੇ ਸੋਲਰ ਲਵਾਇਆ ਨਾ, ਉਹਨੂੰ ਸਾਰੇ ਟੈਕਸ ਪੈਣੇ ਨੇ। ਅੱਛਾ ਮੇਰੀ ਮੇਰੀ ਗੁਜ਼ਾਰਿਸ਼ ਸੁਣ ਲੈ। ਹਾਂ ਸੁਣਾ। ਫਰਜ਼ ਕਰ ਮੈਂ ਟੈਕਸ ਨਹੀਂ ਦਿੰਦਾ, ਤੁਸੀਂ ਮੇਰਾ ਕੀ ਕਰ ਲਓਗੇ? ਮੇਰੀ ਧੁੱਪ ਕੱਢ ਦਿਓਗੇ? ਧੁੱਪ
ਮੇਰਾ ਭਰਾ ਫਿਰ ਤੇਰੇ ਕੋਲ ਇੱਕੋ ਚਾਂਸ ਹੈਗਾ ਵੇ ਇਹਦੇ ਤੇ ਕੱਪੜਾ ਪਾ ਆਪਣੇ ਘਰ ਦੇ ਉੱਤੇ। ਮੇਰੀ ਗੱਲ ਸੁਣੋ, ਅੰਦਰ ਆ ਜਾਓ ਤੁਸੀਂ ਨਾ, ਗਰਮੀ ਖਾ ਰਹੇ ਹੋ। ਗਰਮੀ ਅਸੀਂ ਨੀ ਖਾਂਦੇ ਸੀ, ਸਾਨੂੰ ਗਰਮੀ ਮਾਫ਼ ਹੈਗੀ, ਸਰਕਾਰੀ ਗਰਮੀ ਹੁੰਦੀ ਭਰਾ, ਅਸੀਂ ਸਰਕਾਰੀ ਮੁਲਾਜ਼ਮ ਆ। ਮੇਰੀ ਗੱਲ ਸੁਣ, ਮੈਂ ਨਾ ਵਕੀਲ ਵੀ ਹਾਂ, ਮਿਹਨਤ ਰੱਖ। ਤੂੰ ਵਕੀਲ ਵੀ ਹੈ? ਹਾਂਜੀ। ਕਿੰਨੇ ਦਾ ਪੈਂਟ ਕੋਟ ਪੈਣ? ਮੇਰੇ ਕੋਲ ਤਾਂ 18-20 ਨੇ। ਨਹੀਂ ਯਾਰ, ਕਾਲਾ ਪੈਂਟ ਕੋਟ ਹੈਗਾ, ਉਹਦਾ ਟੈਕਸ ਹੀ ਲੱਗਣਾ। ਓਏ ਉਹਦਾ ਕਾਹਦਾ ਟੈਕਸ ਹੈ ਭਾਈ? ਭਾਈ ਜਾਨ, ਕਾਲਾ ਰੰਗ ਬਹੁਤੀ ਗਰਮੀ ਖਿੱਚਦਾ ਵਾ, ਬਹੁਤੀ ਧੁੱਪ ਖਿੱਚਦਾ ਵਾ, ਤੁਹਾਨੂੰ ਟੈਕਸ ਡਬਲ ਹੋਣਾ ਚਾਹੀਦਾ। ਲਿਖ ਯਾਰ, ਮੇਰੀ ਗੁਜ਼ਾਰਿਸ਼ ਨਾ, ਮੈਂ ਗੁਜ਼ਾਰਿਸ਼ ਕਰ ਰਿਹਾ ਸਾਂ। ਹਾਂਜੀ, ਕਿ ਭਾਈ ਮੈਂ ਵਕੀਲ ਹਾਂ, ਮੈਨੂੰ ਸਾਰਾ ਪਤਾ ਕਾਨੂੰਨ ਕੀ ਹੁੰਦਾ ਹੈ, ਕਿਵੇਂ ਹੁੰਦਾ। ਤੈਨੂੰ ਤੂੰ ਗੁਜ਼ਾਰਿਸ਼ ਕਰੀ ਜਾਣਾ, ਤੂੰ ਕੰਮ ਕੁੰਮ ਕੋਈ ਨੀ ਕਰਦਾ। ਮੈਨੂੰ ਨਾ ਗਾਲਾਂ ਵੀ ਆਉਂਦੀਆਂ ਨੇ। ਓਏ ਗਾਲਾਂ ਗੁਲਾਂ ਕੱਢੀ, ਮੈਂ ਤੈਨੂੰ ਦੱਸਾਂ। ਅੱਛਾ, ਨਹੀਂ ਕੱਢਦਾ ਤੂੰ, ਮੈਂ ਸੁਣੂਗਾ। ਗਾਲਾਂ ਕੱਢੇਗਾ ਤੂੰ? ਨਹੀਂ ਨਹੀਂ ਨਹੀਂ, ਮੈਂ ਤਾਂ ਲਿਖ ਦੇਣਾ। ਲਿਖ ਯਾਰ, ਸਾਹਿਬ ਪੌਦੇ ਲਾਏ ਨੇ ਇਹਨਾਂ ਨੇ ਬੜੇ ਯਾਰ। ਗੱਲ ਗੱਲ ਪਤਾ, ਟੈਕਸ ਲਾ, ਜਿਹੜਾ ਜਿਹੜਾ ਟੈਕਸ ਧੁੱਪ ਲੈ ਰਹੀ। GKT ਵੀ ਲਾ ਦਿਓ। ਉਹ ਕੀ ਹੁੰਦਾ? ਗਾਲਾਂ ਕੱਢਿੰਗ ਟੈਸਟ, ਕਿਉਂਕਿ ਮੈਂ ਨਾ ਕੱਢਣ ਲੱਗਾ ਥੋੜੀ ਦੇਰ। ਭਾਈ ਜਾਨ ਸੋਰੀ, ਧੁੱਪ ਨਾਲ ਕੋਈ ਵਾਸਤਾ ਨਹੀਂ, ਸੋ ਕੋਈ ਟੈਕਸ ਨਹੀਂ ਹੁੰਦਾ। ਇੱਥੇ ਲਿਖੀ ਯਾਰ, ਸਾਡਾ ਉਹ ਹਰ ਚੀਜ਼ ਮੇਰੀ ਗੱਲ ਸੁਣ, ਮੁਕੋ ਮਾਫੀ ਦੇ ਦੇ। ਮੈਂ ਹੋਰ ਤਰ੍ਹਾਂ ਦਾ ਬੰਦਾ, ਮੈਂ ਸ਼ਰਾਫਤ ਨਾਲ ਤੇਰੇ ਨਾਲ ਗੱਲ। ਅੱਛਾ, ਇਹ ਦੱਸ ਮੈਨੂੰ ਕਿ ਸਵੇਰ ਸਵੇਰ ਜਦੋਂ ਘਰੋਂ ਨਿਕਲਣਾ ਤੇ ਧੁੱਪ ਤੇਰੇ ਤੇ ਕਿੰਨੀ ਕੁ ਪੈਂਦੀ? ਨਹੀਂ ਪੈਂਦੀ, ਬਿਲਕੁਲ ਨਹੀਂ ਪੈਂਦੀ। ਝੂਠ ਬੋਲ ਰਿਹਾ, ਝੂਠ ਬੋਲਣ ਦਾ ਟੈਕਸ ਲਾ ਯਾਰ। ਝੂਠ ਬੋਲਣ ਦਾ ਧੁੱਪ ਨਾਲ ਤੇ ਕੋਈ ਤਾਲੁਕ ਨਹੀਂ। ਭਾਈ ਜਾਨ, ਤੇਰਾ ਰੰਗ ਦੱਸਣ ਦਾ, ਤੁਸੀਂ ਕਿੰਨਾ ਕੁ ਫਿਰਦੇ, ਰੰਗ ਦਾ ਵੀ ਟੈਕਸ ਲਾ ਯਾਰ, ਲਾ ਭਾਈ ਰਾ। ਅੱਛਾ ਅੱਛਾ ਅੱਛਾ, ਮੇਰੀ ਗੁਜ਼ਾਰਿਸ਼ ਸੁਣ ਲਓ। ਹਾਂਜੀ, ਮੇਰਾ ਨਾ ਸਬਰ ਹੁਣ ਹੋ ਰਿਹਾ ਖਤਮ, 15 ਤੱਕ ਕਾਲ ਕਰ ਦੇਣੀ ਹੈ। ਭਾਈ ਜਾਨ, ਸਬਰ ਵਾਲਾ ਡਿਪਾਰਟਮੈਂਟ ਹੋਰ ਹੈ, ਉਹਨਾਂ ਕੋਲ ਭਰਾਓ, ਸਾਡੇ ਕੋਲ ਨਹੀਂ ਹੈਗਾ। ਉਹ ਸਬਰ ਦਾ ਵੀ ਡਿਪਾਰਟਮੈਂਟ ਬਣ ਗਿਆ ਭਾਈ ਜਾਨ, ਹਰ ਚੀਜ਼ ਦਾ ਡਿਪਾਰਟਮੈਂਟ। ਇਹ ਮੁਲਕ ਹੈ ਸੋਚਿਆ ਭਾਈ ਜਾਨ, ਦੇਖੋ ਮੇਰੀ ਗੱਲ ਸੁਣੋ, ਟੈਕਸ ਦੇਓਗੇ ਤੇ ਰਹੋਗੇ, ਇਹਦੀ ਗੱਲ ਨਹੀਂ ਹੈਗੀ। ਮੇਰਾ ਭਰਾ ਵੀ ਇੱਧਰ ਮੈਂ ਸ਼ਰਟ ਸਾਫ਼ ਕੀਤੀ ਨਾ, ਤੇ ਚੱਲ ਹੁਣ ਟੈਕਸ ਦੇ, ਇਹਦੇ ਵਾਲ ਗੰਗਰੂ ਲੈਣੇ, ਬਹੁਤੀ ਗਰਮੀ ਖਿੱਚਦਾ, ਟੈਕਸ ਦੇ ਯਾਰ ਜੀ। ਲੈ ਲੈ, ਮੇਰੀ ਗੱਲ ਸੁਣ, ਮੈਂ ਬਾਕੀ ਪੁਲਿਸ ਆ ਦਲਾਂਗਾ, 15 ਵਾਲੇ ਫੌਰਨ ਆ ਜਾਣਗੇ। ਮੇਰੇ ਕੋਲ ਗੱਲ ਇੱਥੇ ਦਾ ਲਿਖ ਲਿਖ ਲਿਖ, ਗੇਟ ਦਾ ਟੈਕਸ ਲੈ, ਗੇਟ ਵੀ ਗਰਮ ਹੋਇਆ ਪਿਆ ਧੁੱਪ ਦੇ ਨਾਲ ਯਾਰ। ਤੂੰ ਧੁੱਪ ਬੰਦ ਕਰਾ ਦੇ, ਮੈਂ ਨਹੀਂ ਦੇਣਾ ਬਾਈ। ਅਸੀਂ ਧੁੱਪ ਨਹੀਂ ਬੰਦ ਕਰਾ ਸਕਦੇ, ਸੋਰੀ। ਸਾਡੇ ਡਿਪਾਰਟਮੈਂਟ ਨੇ ਟਾਈਮ ਫਿਕਸ ਕੀਤਾ ਹੋਇਆ ਵੇ, ਧੁੱਪ ਸ਼ਾਮ ਨੂੰ ਅਸੀਂ ਬੰਦ ਕਰ ਦਿੰਦੇ ਹਾਂ। ਉਹ ਸ਼ਾਮ ਨੂੰ ਤਾਂ ਲਾ ਲੋ ਬੰਦ ਹੋ ਜਾਂਦੀ ਹੈ ਯਾਰ, ਤੁਸੀਂ ਕਿੱਥੋਂ ਬੰਦ ਕਰਾਉਂਦੇ ਹੋ? ਭਾਈ ਜਾਨ, ਟਾਈਮ ਤੇ ਫਿਕਸ ਹੈ ਨਾ, ਬੰਦ ਹੋ ਜਾਂਦੀਆਂ ਸ਼ਾਮ ਤੱਕ। ਤਾਂ ਤੁਸੀਂ ਇਸ ਤਰ੍ਹਾਂ ਕਰੋ, ਦਿਨ ਦੇ ਟਾਈਮ ਮੇਰਾ ਭਰਾ ਆਪਣੇ ਕੋਈ ਛਤਰ ਹੀ ਲਵਾਓ, ਜਾਂ ਆਪਣਾ ਜਿਹੜਾ ਕਿਹਨੂੰ ਕਰਨ ਡਿਆ ਫੋਨ? ਹਾਂਜੀ, 15 ਬੰਦ ਕਰਦੇ ਵੀਰੇ, ਬੰਦ ਕਰਦੇ। ਕਿਉਂ? SSD ਲੱਗ ਜਾਣਾ। SSD? ਹਾਂਜੀ। ਓਕੇ, ਉਹ ਪੁਲਿਸ ਵਾਲਿਆਂ ਨੂੰ ਬੁਲਾ ਰਿਹਾ ਨਾ, 16-17 ਟੈਕਸ ਲੱਗ ਜਾਣਾ ਤੇਰੇ ਦਿਨ ਹੁਣ ਹੀ 16-17, ਕਿਉਂਕਿ ਅਸੀਂ ਹੈਗੇ ਹਾਂ ਮਹਿਕਮੇ ਦੇ ਬੰਦੇ, ਤੇ ਤੇਰਾ ਜਾਣਾ ਬੜਾ ਕੁਛ ਤੇ ਸਾਰਾ ਕੁਛ ਨੀ ਜਾਣਾ ਹੈਗਾ। ਯਾਰ ਗੱਲ ਸੁਣ, ਓਏ ਭਰਾਵਾ, ਤੂੰ ਗਵਰਨਮੈਂਟ ਦਾ ਹੀ ਬੰਦਾ ਹੈ ਨਾ? ਕਿੰਦਾ? ਗਵਰਨਮੈਂਟ ਦਾ ਬੰਦਾ ਹੈ ਨਾ? ਗਵਰਨਮੈਂਟ ਦਾ ਬੰਦਾ, ਤੂੰ 1000 ਤੋਂ ਲੈ ਕੇ ਜਾਨ ਛੱਡ ਦਫਾ ਕਰ ਰਿਹਾ ਹੈ। ਤੇਰਾ ਦਿਮਾਗ ਖਰਾਬ ਹੈਗਾ, 1000-2000 ਦੀ ਗੱਲ ਕਰਨਾ ਤੂੰ? ਕੋਈ 1000 ਨੂੰ ਹੱਥ ਮਾਰ, ਕਿੱਡਾ ਵੱਡਾ ਤੂੰ ਸਿਸਟਮ ਲੈ, 1000-2000 ਦੀ ਗੱਲ ਕਰਨਾ ਤੂੰ? ਓਏ ਚੱਲ, 4000 ਜੀ ਪਰ ਮੰਥ। ਖੈਰ ਯਾਰ, ਗੱਲ ਸੁਣ ਮੇਰੀ, ਠੀਕ ਹੈ? ਹੁੰਦਾ ਮਾਮਲਾ ਹੁੰਦਾ ਨੇ, ਮੈਂ ਗੱਲ ਕਰਾਂਗਾ ਉਹਨਾਂ ਦਿਨਾਂ ਘੁੰਮਣ ਦੇਣਾ ਤੇਰੀ। ਚੱਲ ਇੱਕ ਮਿੰਟ ਯਾਰ, ਗੱਲ ਸੁਣ ਗਰਮੀ ਖਾ ਕੇ ਗੁੱਸਾ ਕਰਦੇ ਨੇ, ਤੇ ਗੁੱਸੇ ਦਾ ਵੀ ਟੈਕਸ ਲਾ ਜੀ। BMT ਵੀ ਲਾ ਦਿਓ। ਉਹ ਕੀ ਹੁੰਦਾ? MT ਹੈਗਾ ਮਾਰਾ ਟੈਕਸ, B ਨਾਲ ਕੁਝ ਬਣਦਾ। ਓਏ ਗੱਲ ਸੁਣ ਮੇਰੀ, ਮੈਂ ਤੁਹਾਨੂੰ ਦੱਸ,
ਦੋ ਟੈਕਸ ਹੋਰ ਪਾ, ਉਹ ਕਿਹੜੇ? ਇੱਕ ਹੈਗਾ ਐਲ ਐਸ ਟੀ, ਹਾਂ ਐਸ ਟੀ ਬਣਦਾ ਹੈ ਸੇਲਸ ਟੈਕਸ, ਹਾਂ ਐਲ ਨਾਲ ਬਣਦੀ ਹੈ ਕੋਈ ਸ਼ਾਇਦ, ਦਿਮਾਗ ਤੇਰਾ ਖਰਾਬ ਹੋਇਆ ਪਿਆ, ਚੱਲੋ ਜਾ ਇੱਕ ਹੋਰ ਟੈਕਸ ਗਾਲਾਂ ਨਾ ਕੱਢ, ਬੀ ਟੀ ਟੀ ਵੀ ਲਾ ਦੇ, ਉਹ ਕੀ ਹੁੰਦਾ? ਟੁੱਡਾ ਟੈਕਸ। ਨਾਜ਼ਰੀਨ ਸੇ ਭਾਈ ਜਾਨ ਵੀ ਆਏ ਨੇ, ਕੀ ਨਾਮ ਹੈ ਯਾਰ ਆਪਕਾ? ਮੇਰਾ ਨਾਮ ਮੁਹੰਮਦ ਅਹਿਸਨ ਹੈ। ਮੁਹੰਮਦ ਅਹਿਸਨ ਹੈ, ਕਹਾਂ ਸੇ ਆਏ ਹੋ? ਮੈਂ ਹਰਬੰਸਪੁਰਾ ਸੇ। ਹਰਬੰਸਪੁਰਾ ਸਿਰਫ ਸਪੈਸ਼ਲ ਨਾਸ਼ਤਾ ਕਰਨ ਕੇ ਲਈ ਆਏ ਆਪ? ਸਪੈਸ਼ਲ ਇਨਕਾ ਨਾਸ਼ਤਾ ਕਰਨ ਕੇ ਲਈ ਆਇਆ ਹੋ, ਇਨਕੀ ਵੀਡੀਓ ਵਗੈਰਾ ਦੇਖੀ ਥੀ, ਔਰ ਬੜਾ ਹੀ ਯੂਨੀਕ ਸਾ ਸੈਟਅਪ ਲਗਾਇਆ ਹੋਇਆ ਇਹਨਾਂ ਨੇ, ਨਹੀਂ ਤੋ ਅੱਜ ਕੇ ਦੌਰ ਮੇਂ ਇਤਨਾ ਐਸੇ ਪਰਾਠੇ ਵਗੈਰਾ ਸਸਤੇ ਕੀ ਬਾਤ ਤੋ ਵੋ ਤੋ ਆਕੀ ਬਾਤ ਠੀਕ ਹੈ, ਲੇਕਿਨ ਜੋ ਐਸੇ ਕਾ ਲੱਕੜੀ ਕੇ ਰਾਖ ਕੇ ਉੱਪਰ ਜੋ ਨਾਸ਼ਤਾ ਹੁੰਦਾ ਨਾ, ਵੋ ਪਹਿਲੇ ਜ਼ਮਾਨੋ ਮੇਂ ਹੁੰਦਾ ਥਾ। ਸਰ ਪਿੰਡਾਂ ਥਾਵਾਂ 'ਚ ਵੀ ਹੁਣ ਨਹੀਂ ਹੁੰਦਾ, ਪਿੰਡਾਂ ਥਾਵਾਂ 'ਚ ਵੀ ਜ਼ਿਆਦਾਤਰ ਸਿਲੰਡਰ ਆ ਗਏ ਨੇ, ਤੋ ਇਹ ਕਿ ਇਨਕਮ ਫਸਟ ਟਾਈਮ ਮੈਂ ਆਇਆ ਹਾਂ ਔਰ ਵੀਡੀਓ ਦੇਖ ਕੇ ਹੀ ਆਇਆ ਹਾਂ, ਬਹੁਤ ਹੀ ਅੱਛਾ ਟੇਸਟ ਹੈ। ਅੱਛਾ ਜੀ, ਤੁਹਾਡਾ ਕੀ ਨਾਮ ਹੈ ਸਰ? ਸ਼ਾਹਨਵਾਜ਼। ਆਪ ਵੀ ਵਹੀਂ ਸੇ ਹੈ ਹਰਬੰਸਪੁਰ ਸੇ? ਜੀ ਜੀ, ਹਮ ਦੋਨੋਂ ਕਜ਼ਨਸ ਹੈ। ਅੱਛਾ, ਕਜ਼ਨ? ਹਾਂਜੀ। ਤੁਹਾਡੇ ਹੀ ਲੱਗੇ ਨੇ ਸਾਜ? ਕਜ਼ਨ ਬਾਹਰੋਂ ਤਾਂ ਨਹੀਂ ਆਏ ਕਿਧਰੋਂ, ਲੋਰੋਂ ਬਾਹਰੋਂ? ਨਹੀਂ ਨਹੀਂ। ਅੱਛਾ, ਇੱਥੇ ਰਹਿਣ ਵਾਲੇ? ਤੁਸੀਂ ਮੈਨੂੰ ਦੱਸ ਰਹੇ ਸੋ ਕਿ ਭਾਈ ਜਾਨ ਤੁਸੀਂ ਵੀ ਵਲੌਗਰ ਹੋ ਮਾਸ਼ਾਅੱਲਾ। ਹਾਂਜੀ, ਇਸ ਤਰ੍ਹਾਂ ਹੀ ਹੈ। ਦੱਸੋ ਆਪਣੇ ਚੈਨਲ ਦਾ ਨਾਮ। ਮੇਰਾ YouTube ਦਾ ਚੈਨਲ ਹੈ ਐਸਨ ਅਕੀਲ ਵਲੌਗਸ। ਐਸਨ ਅਕੀਲ ਵਲੌਗ, ਕਿਸ ਤਰ੍ਹਾਂ ਕੇ ਵਲੌਗ ਆਪ ਬਣਾਤੇ ਹੈ? ਮੈਂ ਡੇਲੀ ਵਲੌਗਿੰਗ ਕਰਤਾ ਹੂੰ। ਓਕੇ। ਮਤਲਬ ਡੇਲੀ ਰੂਟੀਨ ਪੇ ਜੋ ਕਾਮ ਹੋਤੇ ਹੈ ਨਾ, ਉਸਮੇ ਚਾਹੇ ਮੇਰਾ ਮਤਲਬ ਘੁੰਮਣਾ ਫਿਰਨਾ ਹੋ, ਘਰ ਕੇ ਕਾਮ ਹੋ, ਖਾਣਾ ਪੀਣਾ ਹੋ, ਈਚ ਐਂਡ ਐਵਰੀਥਿੰਗ। ਘਰ ਦੇ ਕੰਮ ਤਾਂ ਜ਼ਿਆਦਾ ਹੁੰਦੇ ਹੋਣਗੇ? ਨਹੀਂ, ਘਰ ਦੇ ਕੰਮ ਇੰਨੇ ਨਹੀਂ ਕਰੀਦੇ, ਥੋੜੇ ਹੀ ਕਰੀਦੇ ਨੇ। ਮੈਂ ਲਾ ਦਿੰਦਾ ਤੁਹਾਨੂੰ ਪਤਾ, ਜਿਹੜਾ ਘਰ ਦਾ ਮੈਂ ਲਾਣਾ ਲਾਣਾ, ਸਭ ਦਾ ਨਿੱਕਾ ਮੁੰਡਾ ਹੁੰਦਾ ਨਾ, ਉਹਦਾ ਖਾਸ ਚੀਜ਼ ਔਰ ਬੇਹਤਰੀਨ ਚੀਜ਼ ਕੌਣ ਸੀ? ਛਾਪੜ ਖੋਲ ਕੇ ਟਮਾਟਰ ਵਾਲੀ ਚਟਨੀ ਔਰ ਸਾਥ ਮੇਂ ਮੱਖਣ। ਹਾਂਜੀ, ਇਹ ਬਹੁਤ ਬਹੁਤ ਹੀ ਆਊਟ ਕਲਾਸ ਚੀਜ਼ ਬਣਾਈ ਹੋਈ ਹੈ, ਬਹੁਤ ਹੀ ਮਜ਼ੇ ਕੀ ਹੈ, ਪਰਾਠੇ ਕੇ ਸਾਥ ਇਸਕਾ ਟੇਸਟ ਔਰ ਵੀ ਜ਼ਿਆਦਾ ਮਤਲਬ ਕਿ ਦੁਬਾਲਾ ਹੋ ਜਾਂਦਾ। ਇਹ ਚਾਚੂ ਤੁਹਾਡਾ ਸਾਦਾ ਆ ਗਿਆ, ਅੱਲਾਹ ਕਰੇ ਕਿ ਆਪਕਾ ਚੈਨਲ ਵੀ ਬਹੁਤ ਜ਼ਿਆਦਾ ਚੱਲੇ।